ਸਾਡਾ ਆਪਣਾ ਆਪਣਾ ਸਭ ਦਾ ਬੀਸਰ ਸਿੰਗਿੰਗ ਸੈਂਟਰ ਅੰਬੀਆਂ ਦਾ ਬਾਗ ਹੈ ਜੀ ਆਪਣੇ ਅੰਮ੍ਰਿਤ ਅੰਬੀ ਸਾਊਂਡਸ ਗੁੱਡ ਕੀ ਨਾਮ ਹੈ ਤੁਹਾਡਾ ਲੈਲਾ ਕੇਲਾ ਸਵਾਗਤ ਹੈ ਜੀ ਤੁਹਾਡਾ ਫਲਾਣਿਆਂ ਦੇ ਗਾਣਿਆਂ ਦੀ ਹੱਟੀ ਜਿਹਦੇ ਸਾਹਮਣੇ ਸਾਰੀਆਂ ਦੁਕਾਨਾਂ ਨੇ ਲੈਲਾ ਕੇਲਾ ਨਹੀਂ ਜੀ ਮੈਂ ਨਹੀਂ ਲੈਣਾ ਇਹਨਾਂ ਦਾ ਨਾਂ ਹੈ ਜੀ ਲੈਲਾ ਕੇਲਾ ਮੈਨੂੰ ਲੱਗਿਆ ਕਿਤੇ ਆਫਰ ਕਰ ਰਹੇ ਆ ਇਹ ਵੀਰ ਜੀ ਇਹ ਕਿਹੜੇ ਮਿਊਜ਼ਿਕ ਡਾਇਰੈਕਟਰ ਕੋਲ ਜਾਈਏ ਜੀ ਫਿਰ ਡਾਕਟਰ ਸ਼ੇਖ ਕਰ ਦੂਗਾ ਡਾਕਟਰ ਸ਼ੇਖ ਮੈਨੂੰ ਲੱਗਦਾ ਡਾਕਟਰ ਸ਼ੇਖ ਦੀ ਮੈਥ ਚ ਬੜੀ ਕਮਜ਼ੋਰੀ ਹੈ ਮੈਂ ਤੁਹਾਨੂੰ ਵਾਰ ਕਹਿ ਚੁੱਕਾ ਹਾਂ ਨਹੀਂ ਨਹੀਂ ਸਰ ਮੈਥ ਮੇਰਾ ਬਿਲਕੁਲ ਓਕੇ ਹੈ ਬਸ ਮੈਨੂੰ ਇਹ ਕਹਿਣ ਦਾ ਸੁਭਾਅ ਆ ਜਾ ਬਣਾਇਆ ਜੀ ਇੱਕ ਵਾਰੀ ਜਿਸ ਤਰ੍ਹਾਂ ਮੇਰਾ ਸੁਭਾਅ ਵੈਸੇ ਤੁਹਾਨੂੰ ਆਦਤ ਕਿੱਥੋਂ ਪਏ ਸਰ ਮੇਰੇ ਕੋਲ ਬਹੁਤ ਬੇਸੁਰੇ ਸਿੰਗਰ ਆਉਂਦੇ ਨੇ ਜੀ ਗਾਉਣ ਉਹ ਆਉਂਦੇ ਨੇ ਗਾਉਂਦੇ ਨੇ ਮੈਂ ਬਸ ਇਹੀ ਕਹਿੰਦਾ ਰਹਿ ਜਾਂਦਾ ਇੱਕ ਵਾਰੀ ਹੋਰ ਗਾ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਸੋ ਉੱਥੋਂ ਇੱਕ ਵਾਰੀ ਹੋਰ ਚਲੋ ਜੀ ਚੱਲਦੇ ਆ ਸਾਡੇ ਪਹਿਲੇ ਸਵਾਲ ਚੌਂਕੇ ਪੂਰੇ ਕੌਣ ਜਾ ਪਏ ਕੰਪਿਊਟਰ ਜੀ ਪਹਿਲਾ ਪ੍ਰਸ਼ਨ ਪੇਸ਼ ਕੀਤਾ ਜਾਵੇ ਮਿਊਜ਼ਿਕ ਡਾਇਰੈਕਟਰ ਬਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਕਿਹੜੀ ਹੁੰਦੀ ਹੈ ਆਪਸ਼ਨ ਏ ਮਿਊਜ਼ਿਕ ਡਿਗਰੀ ਆਪਸ਼ਨ ਬੀ ਸਾਰੇ ਇੰਸਟਰੂਮੈਂਟ ਦੀ ਨੌਲੇਜ ਹੋਣਾ ਆਪਸ਼ਨ ਸੀ ਸਪੀਕਰ ਤੇ ਆਪਸ਼ਨ ਡੀ ਲੈਪਟਾਪ ਸਰ ਆਪਸ਼ਨ ਏ ਤਾਂ ਕੋਈ ਕੰਮ ਦਾ ਨਹੀਂ ਕਿਉਂਕਿ ਮਿਊਜ਼ਿਕ ਡਿਗਰੀ ਵੀ ਕੋਈ ਕੰਮ ਦੀ ਨਹੀਂ ਕਿਉਂਕਿ ਅੱਜ ਕੱਲ੍ਹ ਜਿੱਦਾਂ ਦਾ ਮਿਊਜ਼ਿਕ ਚੱਲ ਰਿਹਾ ਤੁਹਾਨੂੰ ਲੱਗਦਾ ਵੀ ਕੋਈ ਪੜ੍ਹਿਆ ਲਿਖਿਆ ਹੋਊਗਾ ਸਰ ਮੈਂ ਕੁਛ ਨਹੀਂ ਦੱਸਾਂ ਮੈਂ ਨਾ ਕਨਫਿਊਜ਼ ਹਾਂ ਆਪਾਂ ਅੱਧਾ ਜਿੱਦਾਂ ਕਰ ਦਈਏ ਮਤਲਬ ਯੂ ਮੀਨ 50-50 ਹਾਂਜੀ ਹਾਂਜੀ ਜੀ ਜੀ ਕੰਪਿਊਟਰ ਉਸਤਾਦ ਜੀ 50-50 ਹੈਲਪਲਾਈਨ ਲਾਈ ਜਾਏ ਦੇਖਿਆ ਸਰ ਕਿਹਾ ਸੀ ਨਾ ਮਿਊਜ਼ਿਕ ਡਿਗਰੀ ਦੀ ਕੋਈ ਲੋੜ ਨਹੀਂ ਆਪਸ਼ਨ ਡੀ ਲੈਪਟਾਪ ਕੰਪਿਊਟਰ ਜੀ ਹਾਂਜੀ ਡੀ ਨੂੰ ਲੌਕ ਕੀਤਾ ਜਾਏ ਜੀ ਹਾਂ ਬਿਲਕੁਲ ਸਹੀ ਜਵਾਬ ਤੁਸੀਂ ਜਿੱਤ ਚੁੱਕੇ ਹੋ ਇਕੱਠੇ 52 ਰੁਪਏ ਸਾਡਾ ਤਾਂ ਜਦੋਂ ਹਰ ਇੱਕ ਸਾਸ ਲਾਈਵ ਰਿਕਾਰਡ ਕਰਕੇ ਮਿਊਜ਼ਿਕ ਤਿਆਰ ਕੀਤਾ ਜਾਂਦਾ ਸੀ ਤੇ ਅੱਜ ਕੱਲ੍ਹ ਦੇ ਸ਼ਲਾਰੂ ਲੈਪਟਾਪ ਤੇ ਮਿਊਜ਼ਿਕ ਤਿਆਰ ਕਰ ਲੈਂਦੇ ਆ ਕਿਹੋ ਜਿਹਾ ਟਾਈਮ ਆ ਗਿਆ ਆ ਗਿਆ ਨਹੀਂ ਉਹੀ ਬੁਲਟ ਖੈਰ ਟਾਈਮ ਹੈ ਜਿਹੜਾ ਅਗਲੇ ਸਵਾਲ ਦਾ ਆ ਗਿਆ ਜੋ ਕਿ ਪੂਰੇ 111 ਰੁਪਏ ਦਾ ਤੁਹਾਨੂੰ ਇੱਕ ਧੁਨ ਸੁਣਾਈ ਜਾਏਗੀ ਤੇ ਤੁਸੀਂ ਦੱਸਣਾ ਕਿ ਉਹ ਕਿਸ ਮਿਊਜ਼ਿਕ ਡਾਇਰੈਕਟਰ ਦੀ ਜੀ ਕੰਪਿਊਟਰ ਜੀ ਧੁਨ ਸੁਣਾਈ ਜਾਏ ਧੁਨ ਇੱਧਰ ਨਹੀਂ ਇੱਧਰ ਵਿੱਚ ਤੁਸੀਂ ਪਹਿਲਾਂ ਹੀ ਆਨਸਰ ਦੇ ਦਿੱਤਾ ਚਲੋ ਦੇਖਦੇ ਹਾਂ ਆਪਸ਼ਨ ਕੀ ਕਹਿੰਦੇ ਨੇ ਇਹ ਕੀ ਕੰਪਿਊਟਰ ਜੀ ਸਾਰੇ ਆਪਸ਼ਨ ਹੀ ਸੇਮ ਸਰ ਉਹਨਾਂ ਦਾ ਮਿਊਜ਼ਿਕ ਵੀ ਤਾਂ ਸੇਮ ਹੈ ਹਰ ਗਾਣੇ 'ਚ ਬਹੁਤ ਵਧੀਆ ਸਹੀ ਜਵਾਬ ਚੱਲਦੇ ਅਗਲੇ ਸਵਾਲ ਮਿਊਜ਼ਿਕ ਡਾਇਰੈਕਟਰ ਇੱਕ ਚੰਗੇ ਸਿੰਗਰ ਦੀ ਪਹਿਚਾਣ ਕੀ ਦੇਖ ਕੇ ਕਰਦੇ ਨੇ ਸਿੰਗਰ ਦੀ ਆਵਾਜ਼ ਦਾ ਸਕੇਲ ਸਿੰਗਰ ਦੀ ਆਵਾਜ਼ ਦਾ ਟੋਨ ਸਿੰਗਰ ਦੀ ਲੁੱਕ ਜਾਂ ਫਿਰ ਆਪਸ਼ਨ ਡੀ ਸਿੰਗਰ ਦਾ ਬੈਂਕ ਬੈਲੈਂਸ ਸਰ ਵੈਰੀ ਸਿੰਪਲ ਜੀ ਸਿੰਗਰ ਦਾ ਬੈਂਕ ਬੈਲੈਂਸ ਸਰ ਓਕੇ ਸਰ ਦੇਖੋ ਸਿੰਗਰ ਦੀ ਆਵਾਜ਼ ਦਾ ਸਕੇਲ ਤੇ ਸਿੰਗਰ ਦੀ ਆਵਾਜ਼ ਦੀ ਟੋਨ ਇਹ ਤਾਂ ਸਾਡੇ ਹੱਥ 'ਚ ਹੈ ਜਿਹੜੀਆਂ ਲੁੱਕਸ ਨੇ ਉਹ ਮੇਕਅਪ ਆਰਟਿਸਟ ਦੇ ਹੱਥ 'ਚ ਨੇ ਸਾਨੂੰ ਤਾਂ ਜੀ ਬਸ ਬੈਂਕ ਬੈਲੈਂਸ ਨਾਲ ਮਤਲਬ ਹੈ ਇਸ ਕਰਕੇ ਆਪਸ਼ਨ ਡੀ ਕੰਪਿਊਟਰ ਜੀ ਡੀ ਆਪਸ਼ਨ ਬੈਂਕ ਬੈਲੈਂਸ ਲੌਕ ਕਰ ਦਿੱਤਾ ਜੀ ਕੰਗ੍ਰੈਚੁਲੇਸ਼ਨ ਡਾਕਟਰ ਸਾਹਿਬ ਤੁਸੀਂ ਜਿੱਤ ਚੁੱਕੇ ਹੋ 251 ਰੁਪਏ ਬਚਣੇ ਮੇਰਾ ਮਤਲਬ ਗੁਰਬਚਨ ਜੀ ਮੈਂ ਤੈਨੂੰ ਆਪਣੇ ਬੇਟੇ ਵਰਗਾ ਨਹੀਂ ਲੱਗਦਾ ਓਕੇ ਅਭਿਸ਼ੇਕ ਡਾਕਟਰ ਸ਼ੇਖ ਉਹ ਤੁਹਾਡੇ ਤੋਂ ਸੋਹਣਾ ਅਗਲੇ ਸਵਾਲ ਤੇ ਚੱਲਦੇ ਜੋ ਕਿ ਪੂਰੇ 501 ਰੁਪਏ ਦਾ ਇਹਨਾਂ ਵਿੱਚੋਂ ਕਿਹੜਾ ਸਾਜ਼ ਮੂੰਹ ਨਾਲ ਵਜਾਇਆ ਜਾ ਸਕਦਾ ਹੈ ਆਪਸ਼ਨ ਏ ਬਾਂਸੁਰੀ ਆਪਸ਼ਨ ਬੀ ਸੈਕਸੀਫੋਨ ਆਪਸ਼ਨ ਸੀ ਬੀਨ ਆਪਸ਼ਨ ਡੀ ਢੋਲ ਡੀ ਢੋਲ ਓਕੇ ਡਮ ਡਮ
ऑप्शन डी लॉ कर देता छा वाह जी वाह सही जवाब लो जी कंप्यूटर स्क्रीन दे उत्ते अगला सवाल ये सवाल पूरे 611 रुपए दे लिया एना विचो केड़ा मान पंजाब दा मान नहीं है ऑप्शन ए गुरदास मान ऑप्शन बी बब्बू मान उस्ताद बब्बू मान ऑप्शन बी उस्ताद बब्बू मान ऑप्शन सी सोनी मान या चाह फिर ऑप्शन डी शहरी मान कैसे कैसे सवाल पाए ने इधर हर कोई जानता पंजाब ऑब्वियसली ऑप्शन सी सोनी सुनी मान जी हाँ तुसे जग चुके हो 611 रुपए पता ही सी क्या बात है चल दे अगले सवाल जो के पूरा 811 रुपए अच्छा जी पंजाब विच ऑटो टून दी शुरुआत किस सिंगर ने की थी तोड़ी ऑप्शन ए अमृत मेम साहब ऑप्शन बी सरबजीत चीमा ऑप्शन सी बैसो प्रिया ऑप्शन डी स्टीरियो ऑटो ट्यून है वो जेड़ा एक्सपर्ट दी राय वाला हेल्पलाइन या लाइफलाइन जो भी है वो यूज करो हां जी कंप्यूटर जी डॉक्टर साहब साडे एक्सपर्ट दी राय जानना चाहते ने हां जी साडे एक्सपर्ट ने बीश और सिंगिंग सेंटर दे सीईओ प्रोफेसर साइमन जी ऑटो ट्यून है साइमन जी ऑटो ट्यून है ऑटो ट्यून है गुरबचन जी तुहानू की लगदा केड़ा सही उत्तर है देखो लोकां नू लगदा कि ऑटो ट्यून दी शुरुआत कुछ ही साल पहला हुई है पर नहीं ऑटो ट्यून महाराज ने अपनी कृपा 21वीं सदी की शुरुआत विच ही करनी शुरू कर दी सी ऑप्शन ए दा कब्जा ऑप्शन बी दा रंग रारा रीरी ते ऑप्शन सी दा गल सुन ए तिन्ने गाने 2002 विच आए सी पर ऑप्शन डी दी एल्बम ओ लैला 2000 विच आई सी इसलिए सही आंसर है ऑप्शन डी ऑटो ट्यून है कंप्यूटर उस्ताद जी ऑप्शन डी नु लॉक कीता जाए नचांगे सारे रा सोने ओवे नचांगे सारे ए ऑप्शन इज द राइट आंसर अब गुरुवार ना है बैठिए बैठिए पहले जितता जाओ ए न हां जी साडा आखरी सवाल पूरे 1100 रुपए दे ले पंजाब दी केड़ी लव स्टोरी फोक लव स्टोरी ऑप्शन ए जेरी जैस्मिन ऑप्शन बी दजीत कई ऑप्शन सी ही जांचा या फिर ऑप्शन डी मिस्टर चीमा मिस मिति गुरुभजन जी मैं ऑडियंस पूल लाइफलाइन यूज करना चाहूंगा जी कंप्यूटर जी चलो जान दे ऑडियंस दी की राय है 15% लोका ने वोट की थी है ऑप्शन ए 69% लोका ने वोट की थी ऑप्शन बी 1% लोका ने वोट की थी है ऑप्शन सी ते 15% लोका ने वोट की थी है ऑप्शन डी सो जो जनता का निर्णय मैं तो उदा ही करूंगा तुसी लॉक करो ऑप्शन बी देख रहे हो तुसी मेरे रंगले पंजाब दे लोग किधर उतर पे इन्हां नू ए तक नहीं पता कि पंजाब दी फोक लव स्टोरी केड़ी है पंजाबी ओ जागदे के सुते अन्नी बिंदी खांदे कुत्ते पंजाबी ओ जागदे के सुते मतलब मैं हार गया नहीं नहीं जी मैं तो मजाक करता सी जो ऑडियंस ने किया है वही चलता आया ਉਹੀ ਚੱਲਦਾ ਤੇ ਉਹੀ ਚੱਲਦਾ ਰਹੂ ਤੁਸੀਂ ਜਿੱਤ ਚੁੱਕੇ ਹੋ 1100 ਦਾ ਬੰਪਰ ਇਨਾਮ ਤੁਸੀਂ ਬਣ ਚੁੱਕੇ ਹੋ 뮤직 ਡਾਇਰੈਕਟਰ ਆਜਾ ਪਾ ਬੋਲੀ ਦੂਰ ਬਚਣਾ ਨੇ ਸ਼ੇਕ ਨੱਚਣਾ 뮤직 ਡਾਇਰੈਕਟਰ ਬਣ ਕੇ Shake of bacon, yo. Ooh. Come on, baby. Pitcha, pitcha on the catwalk when I pitcha.
ਪਿੱਛੇ ਪਿੱਛੇ ਆਉਂਦਾ ਕੈਟ ਵਾਕ ਵੇ ਨਾਈ ਪੋਨੀ ਵਾਲਿਆ ਵੇਖਦਾ ਆਈ ਵੇ ਮੇਰਾ ਸ਼ਾਟ ਗਵਾਚਾ ਫਲੈਸ਼ ਮਾਰਦਾ ਆਈ ਵੇ ਮੇਰਾ ਸ਼ਾਟ ਗਵਾਚਾ ਹੋ ਗਿਆ ਗਾਣਾ ਡਬ ਹੋ ਗਿਆ ਆ ਜਾਓ ਲੈ ਲਾ ਜੀ ਸੀਟ ਲੈ ਲਓ ਆ ਜਾਓ ਦਿੰਦੇ ਹਾਂ ਤੁਹਾਡੇ ਗਾਣੇ ਦੀ ਡੰਮੀ ਦੀ ਡਿਲੀਵਰੀ ਦਿੰਦੇ ਹਾਂ ਅੰਬੀ ਜੀ ਸਭ ਠੀਕ ਤਾਂ ਹੈ ਨਾ ਕੋਈ ਘਬਰਾਣੇ ਕੀ ਬਾਤ ਤਾਂ ਨਹੀਂ ਓਹੋ ਕੈਸੇ ਤਾਂ ਸੁਰ ਲਾਏ ਨੇ ਜੀ ਨਾਲੇ ਇਹਨਾਂ ਦੇ ਹੁੰਦੇ ਘਬਰਾਉਣ ਦੀ ਕੀ ਲੋੜ ਹੈ ਤੁਸੀਂ ਬਾਹਰ ਗੇਟ ਤੇ ਨਹੀਂ ਪੜਿਆ ਡਾਕਟਰ ਸ਼ੇਕ ਸਪੈਸ਼ਲਿਸਟ ਇਨ PGHMB ਹਾਂ ਪੰਜਾਬੀ ਗਾਣੋ ਵੀ ਹਿੰਦੀ ਮੈਂ ਮਾਂ ਬਹਿਨ ਇਹ ਹੈ ਬਟ ਐਕਚੁਅਲੀ ਇਹ ਨਾ ਮੇਰਾ ਫਰਸਟ ਟਾਈਮ ਹੈ ਇਸੇ ਲਈ ਡਰ ਲੱਗ ਰਿਹਾ ਹੈ ਓਹੋ ਲੈ ਲਾ ਇੱਕ ਘਬਰਾਉਣ ਨੂੰ ਕਿਹੜਾ ਜਾਪਾ ਹੈ ਜਾਪਾ ਕੀ ਹੁੰਦਾ ਹੈ ਐਤਵਾਰ ਨੂੰ ਦੱਸਾਂਗੇ ਕਿਉਂਕਿ ਕਰਤਲੀ ਬੇਸੁਰੀ ਤੇ ਲੈ ਤੋਂ ਬਾਹਰ ਆਇਆ ਲੈਲਾ ਕਿਦਾਂ ਜੀ ਦੇਖੋ ਗੱਲ ਇੱਦਾਂ ਕਿ ਤੁਸੀਂ ਵੀ ਬੇਸੁਰੇ ਅਤੇ ਤੁਹਾਡਾ ਗਾਣਾ ਵੀ ਸਾਰਾ ਗਾਣਾ ਲਿਆ ਕੇ ਬਾਹਰ ਹੀ ਖਾਤਾ ਸੁਰ ਪਤਾ ਕਿੰਨਾ ਉੱਪਰ ਥੱਲੇ ਹੋਏ ਨਾਲੇ ਸਕੇਲ ਵੀ ਪਰ ਸ਼ੁਕਰ ਕਰੋ ਆਟੋ ਟਿਊਨ ਮਹਾਰਾਜ ਦਾ ਜਿਹਨਾਂ ਦੀ ਮਿਹਰ ਸਦਕਾ ਤੁਹਾਡੇ ਗਾਣੇ ਦੀ ਡਿਲੀਵਰੀ ਨੋਰਮਲ ਹੋ ਗਈ ਅਤੇ ਕੋਂਗਰੈਚੁਲੇਸ਼ਨਸ ਤੁਸੀਂ ਇੱਕ ਸਿੰਗਲ ਟਰੈਕ ਦੇ ਮਾਂ ਬਣ ਚੁੱਕੇ ਹੋ ਅਤੇ ਸਰ ਤੁਸੀਂ ਡੱਡੀ ਉਹ ਨਾਨਾ ਜੀ ਇਹ ਰਿਆਸਤ ਨੇ ਇਕੱਲੇ ਨਹੀਂ ਕਰਿਆ ਆਪਣਾ ਕੋਈ ਯੋਗਦਾਨ ਨਹੀਂ ਅਜਿਹਾ ਕੁਛ ਉਹ ਸਿੰਗਲ ਐਂਡ ਇੰਡੀਪੈਂਡੈਂਟ ਵੂਮਨ ਆਈ ਲਾਈਕ ਇਟ ਤੋ ਆਪ ਮੁਝੇ ਕਬ ਤੱਕ ਦੋਗੇ ਕਿਆ ਗਾਣਾ ਗਾਣਾ ਜੀ ਲੈ ਲਾ ਅਕੇਲਾ ਕਦੇ ਆ ਗੈਪ ਵਾਲੀ ਗੱਲ ਨੂੰ ਵੀ ਸੀਰੀਅਸ ਲੈ ਲਾ 2-3 ਮਹੀਨੇ ਤੱਕ ਮਿਕਸ ਮਾਸਟਰਿੰਗ ਕਰਾ ਕੇ ਫੇਰ ਭੇਜਾਂਗੇ ਨਾ ਆਪਾਂ ਤੁਸੀਂ 2-3 ਮਹੀਨੇ ਤੱਕ ਆ ਜਾਣਾ ਤੇ ਗਾਣਾ ਲੈ ਜਾਣਾ ਕਿਉਂਕਿ ਅਸੀਂ ਮਿਕਸ ਮਾਸਟਰਿੰਗ ਲਈ ਭੇਜਣਾ ਨਾ ਕਹਾਂ ਕਲਕੱਤਾ ਸਰ ਬੰਬੇ ਤੈਨੂੰ ਜ਼ਿਆਦਾ ਪਤਾ ਰਾਤ ਉਤਰੂ ਹੀ ਹੈ ਚਲੋ ਠੀਕ ਹੈ ਅੰਬੀ ਜੀ ਉਹ ਬਾਹਰ JCB ਚੱਲ ਰਹੀ ਹੈ ਮੈਂ ਆਪਸੇ ਬਾਅਦ ਮੈਂ ਮਿਲਤੀ ਹੂੰ JCB ਇਹ JCB ਵਾਲਾ ਕੀ ਚੱਕਰ ਹੈ ਯੇ ਮੈਂ ਆਪਕੋ ਐਤਵਾਰ ਕੋ ਬਤਾਉਂਗੀ ਆ ਵੈਸੇ ਬੁੱਕ ਕੀ ਨਾ ਦੱਸਿਆ ਤੁਸੀਂ ਆਪਣਾ ਮੇਰਾ ਜੀ ਸ਼ੇ ਬਾਏ ਅਮਰਤ ਅੰਬੀ ਜੀ ਠੀਕ ਹੈ ਵੈਸੇ ਅੰਬੀ ਖਾਣ ਵਾਲੀ ਕਿ ਚੂਸਣ ਵਾਲੀ ਮੈਂ ਕਿਹਾ ਵੀ ਬੜਾ ਯੂਨੀਕ ਨਾਮ ਹੈ ਬ੍ਰੋ ਕਿੱਦਾਂ ਪਿਆ ਵੈਸੇ ਤੁਹਾਡੇ ਫੇਸ ਨੂੰ ਵੀ ਸੂਟ ਕਰਦਾ ਉਹ ਤਾਂ ਜੀ ਸਾਡਾ ਅੰਬੀਆਂ ਦਾ ਬਾਗ ਹੈ ਬਾਕੀ ਜਿਹੜੇ ਬੀਸ਼ੋਰ ਸਿੰਘ ਸੈਂਟਰ ਵਾਲੇ ਨੇ ਉਹਨਾਂ ਨੇ ਅੰਮ੍ਰਿਤ ਅੰਬੀ ਕਰਤਾ ਪਰ ਤੁਹਾਡਾ ਵਾਲਾ ਸਾਹਿਬ ਜੀ ਨਹੀਂ ਆਇਆ ਡਾਕਟਰ ਸ਼ੇਖ ਇਹਦਾ ਕਾਰਨ ਵੀ ਤੁਹਾਡਾ ਅੰਬੀਆਂ ਦਾ ਬਾਗ ਹੀ ਹੈ ਬ੍ਰੋ ਸਾਡੇ ਅੰਬੀਆਂ ਦੇ ਬਾਗ ਨੇ ਤੁਹਾਡੇ ਨਾਂ ਤੋਂ ਕੀ ਲੈਣਾ ਦੇਣਾ ਲੈਣਾ ਦੇਣਾ ਹੈ ਬ੍ਰੋ ਕਿਉਂ ਹੀ ਲੈਣਾ ਦੇਣਾ ਦੇਖੋ ਮਿਊਜ਼ਿਕ ਡਾਇਰੈਕਟਰ ਤੋਂ ਪਹਿਲਾਂ ਮੇਰੀ ਜੂਸ ਦੀ ਰੇੜੀ ਹੋਇਆ ਕਰਦੀ ਸੀ ਕਾਕਾ ਜੂਸ ਕਾਰਨਰ ਓਕੇ ਯੂਨੀਵਰਸਿਟੀ ਦੇ ਸਾਹਮਣੇ ਯੈਸ ਕਰੈਕਟ ਤੇ ਤੁਹਾਡੀ ਜਿਹੜੀ ਅੰਬੀਆਂ ਤੋਂ ਬਾਗ ਤੋਂ ਅੰਬੀਆਂ ਟੁੱਟਦੀਆਂ ਸੀ ਉਹ ਸਾਡੀ ਰੇੜੀ ਤੇ ਤਾਂ ਆਉਂਦੀਆਂ ਸੀ ਓਹੋ ਫਿਰ ਤਾਂ ਲੈਲਾ ਕੇਲਾ ਵਾਲੇ ਸਾਰੇ ਕੇਲੇ ਤੁਸੀਂ ਲੈਂਦੇ ਹੋਵੋਗੇ ਸਿਰਫ ਸ਼ੇਕ ਬਣਾਉਣ ਲਈ ਹਾਂਜੀ ਹਾਂ ਮੈਂ ਵੀ ਉਹੀ ਕਿਹਾ ਪਰ ਤੁਸੀਂ ਕਿੱਧਰ ਲੈ ਗਏ ਨਹੀਂ ਚਲੋ ਉਹ ਤਾਂ ਠੀਕ ਹੈ ਵੀ ਰੇੜੀ ਛੋਟੀ ਜੂਸ ਦੀ ਨਾ ਸ਼ੇਕ ਇਹ ਨਹੀਂ ਸਮਝ ਆਈ ਗੱਲ ਇਟਸ ਅ ਲੌਂਗ ਸਟੋਰੀ ਬ੍ਰੋ ਮੈਂ ਤੈਨੂੰ ਸ਼ਾਰਟ ਕਰਕੇ ਦੱਸਦਾ ਮੇਰਾ ਮਾਸੀ ਦਾ ਮੁੰਡਾ ਉਹ ਵੀ ਪਹਿਲਾਂ ਜੂਸ ਦੀ ਰੇੜੀ ਲਾਉਂਦਾ ਸੀ ਉਹ ਵੀ ਹੁਣ ਮਿਊਜ਼ਿਕ ਡਾਇਰੈਕਟਰ ਬਣ ਗਿਆ ਉਹਨੇ ਜੂਸ ਰੱਖ ਲਿਆ ਮੈਂ ਸ਼ੇਕ ਬਣ ਗਿਆ ਡਾਕਟਰ ਸ਼ੇਕ ਆਪਰੇਟਿੰਗ ਓਕੇ ਫਿਰ ਤਾਂ ਰਿਸ਼ਤੇਦਾਰੀ ਨਿਕਲੇ ਜੀ ਹੈਂਡ ਸ਼ੇਕ ਮੰਗਾ ਲਓ ਨਹੀਂ ਉਹ ਕੰਮ ਅਸੀਂ ਹੁਣ ਛੱਡਤਾ ਹੈ ਸੋ ਰਿਸ਼ਤੇਦਾਰ ਦੱਸੋ ਕੀ ਸੇਵਾ ਕਰੀਏ ਸੇਵਾ ਕਿਹੜੀ ਕਰਨੀ ਜੀ ਗਾਣਾ ਰਿਕਾਰਡ ਕਰਾਉਣਾ ਹੈ ਕਰੋ ਲਿਰਿਕਸ ਫਾਈਨਲ ਨੇ ਲਿਰਿਕਸ ਫਾਈਨਲ ਨੇ ਜਿਹੜਾ ਆਪਣਾ ਫਲਾਣੇ ਦੀ ਹੱਟੀ ਤੋਂ ਲਿਰਿਕਸ ਰਾਮ ਫਲਾਣੇ ਦਾ ਉੱਥੋਂ ਲੈ ਕੇ ਆਏ ਯਾਰ ਬ੍ਰੋ ਕਿਹੜੇ ਫਰਾਡ ਕੋਲੇ ਫਸ ਗਿਆ ਤੂੰ ਉਹ ਤਾਂ ਸਾਲਾ ਪਾਦਨੀ ਸਾ ਕਰਕੇ ਰੇਟ ਵਾਲੇ ਕੱਢੇ ਪਏ ਨੇ ਨਹੀਂ ਪਰ ਠੀਕ ਹੈ ਬੰਦਾ ਜੀ ਉਹ ਹੈ ਉਸ ਨੇ ਭੇਜਿਆ ਤੁਹਾਡੇ ਕੋਲ ਮੈਨੂੰ ਲਿਰਿਕਸ ਰਾਮ ਨੇ ਹਾਂਜੀ ਇਦਾਂ ਤਾਂ ਬੰਦਾ ਗੁੱਡਾ ਹੋ ਆਪਣੀ ਬੰਦੀ ਬਹੁਤ ਹੈ ਬੰਦਾ ਬਹੁਤ ਘੈਂਟ ਹੋ ਹਾਂਜੀ ਹਾਂਜੀ ਸੋ ਬ੍ਰੋ ਲੈਟ ਮੀ ਟਾਕ ਸਮਥਿੰਗ ਟੈਕਨੀਕਲ ਹਾਂਜੀ ਸੋ ਗਾਣਾ ਗਾ ਲੈਣੇ ਮਤਲਬ ਗਾਉਣਾ ਆਉਣਾ ਜ਼ਰੂਰੀ ਹੈ ਅੱਲਾ ਲਗੇ ਲੈਣ ਦੇਖੀ ਐਡੀ ਵੱਡੀ ਐਗਜ਼ਾਮਪਲ ਇਹਦਾ ਸਿੱਧਾ ਸਿੱਧਾ ਹੀ ਮਤਲਬ ਹੈ ਕਿ ਗਾਉਣ ਲਈ ਗਾਉਣਾ ਆਉਣਾ ਜ਼ਰੂਰੀ ਨਹੀਂ ਹੈ ਸੋ ਇਦਾਂ ਦੱਸੋ ਕਿਹੜੇ ਲਾਲ ਤੋਂ ਗਾਉਂਗੇ ਲਾਲ ਤੋਂ ਮੈਂ ਤਾਂ ਜੀ ਜ਼ਿੰਦਗੀ ਦੋ ਹੀ ਸੁਰ ਸੁਣੇ ਚਿੱਟਾ ਤੇ ਕਾਲਾ ਨਹੀਂ ਰੈਸਿਸਟਾਂ ਨੂੰ ਰੈਸਿਸਟਾਂ ਨੂੰ ਨਾ ਜੀ ਸਿਰਫ ਦੋ ਰੰਗ ਨੇ ਦੁਨੀਆ ਤੇ ਚਿੱਟਾ ਕਾਲਾ ਆ ਦੇਖੋ ਬੇਟੇ ਜਿਹੜੀ ਪਹਿਲੇ ਸੁਰ ਤੇ ਲਾਲੀ ਹੈ ਨਾ ਵੈਸੇ ਯੂ ਨੋ ਲਾਲੀ ਲਾਲੀ ਯਾਰ ਜਿਗਰੀ ਵਾਲਾ ਹਾਂ ਨਹੀਂ ਨਹੀਂ ਰੰਗ ਲਾਲੀ ਰੰਗ ਅੱਛਾ ਆ ਜਿਹੜੀ ਪਹਿਲੇ ਸੁਰ ਤੇ ਲਾਲੀ ਹੈ ਨਾ ਇਹਦੇ ਤੇ ਗਾਣ ਨਾਲ ਤੁਹਾਡੀਆਂ ਗੱਲਾਂ ਲਾਲ ਹੋਣਗੀਆਂ ਜਿਹੜੀ ਦੂਜੇ ਸੁਰ ਤੇ ਲਾਲੀ ਹੈ ਇਹਦੇ ਗਾਣ ਨਾਲ ਤੁਹਾਡੀਆਂ ਅੱਖਾਂ ਲਾਲ ਹੋਣਗੀਆਂ ਜਿਹੜੀ ਤੀਜੇ ਸੁਰ ਤੇ ਲਾਲੀ ਹੈ ਇਹ ਗਾਣ ਨਾਲ ਤੁਹਾਡੇ ਕੰਨ ਨਾਲ ਹੋਣਗੇ ਜਿਹੜੀ ਚੌਥੇ ਸੁਰ ਤੇ ਲਾਲੀ ਹੈ ਉਹਨਾਂ ਬੰਦੇ ਦੀ ਉਹ ਲਾਲ ਹੋ ਜਾਂਦੀ ਹੈ ਤੁਹਾਨੂੰ ਜ਼ਿਆਦਾ ਪਤਾ ਹੈ ਨੋ ਦੈਟ ਬੂਥੀ ਮੈਂ ਕਹਿੰਦਾ ਤੀਜੇ ਲਾਲ ਤੂੰ ਦੇਖ ਲਓ ਤੀਜਾ ਜੀ 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 ਲੈਟਸ ਡੂ ਦ ਰਿਕਾਰਡਿੰਗ ਬ੍ਰੋ ਡਾਕਟਰ ਸ਼ੇਖ ਕਲੀਨਿਕ ਤੇ ਆਇਓ ਕੋਈ ਪੇਸ਼ੈਂਟ ਆਇਆ ਹੈ ਬ੍ਰੋ ਆਪ ਰਿਕਾਰਡਿੰਗ ਥੋੜੀ ਦੇਰ ਬਾਅਦ ਕਰਦੇ ਹਾਂ ਕੰਪਾਊਂਡਰ ਮੈਨੂੰ ਤਿਆਰ ਕਰੋ ਬੇਟੇ ਖਾਮੋ ਮੈਂ ਓ
ਉਹ ਵਾਹ ਕਿਸੇ ਜੀ ਤੁਸੀਂ ਕਿਵੇਂ ਆਏ ਤੁਹਾਡਾ ਗਾਣਾ ਤਾਂ ਹਲੇ ਮਿਕਸਿੰਗ ਮਾਸਟਰਿੰਗ ਲਈ ਭੇਜਿਆ ਹੋਇਆ ਬ੍ਰਦਰ ਨਹੀਂ ਨਹੀਂ ਡਾਕਟਰ ਸਾਹਿਬ ਅੱਜ ਮੈਂ ਐਜ ਏ ਸਿੰਗਰ ਨਹੀਂ ਐਜ ਏ ਪੇਸ਼ੈਂਟ ਆਇਆ ਓਹੋ ਕਿਸੇ ਜੀ ਜ਼ਰਾ ਬ੍ਰਦਰ ਖੁੱਲ੍ਹ ਕੇ ਦੱਸੋ ਨਾ ਇਲੈਬੋਰੇਟ ਦੀ ਪਲੀਜ਼ ਤੁਸੀਂ 5 ਮਿੰਟ ਤੱਕ ਹਾਂਜੀ ਤੁਹਾਨੂੰ ਪਤਾ ਹੈ ਡਾਕਟਰ ਸਾਹਿਬ ਕਿ ਆਪਣਾ ਸਹਾਗਰਾ 2 ਗਾਣਾ ਕਿੰਨਾ ਜ਼ਿਆਦਾ ਹਿੱਟ ਹੋਇਆ ਸੀ ਬਸ ਗਾਣੇ ਤੋਂ ਬਾਅਦ ਮੈਨੂੰ ਬਹੁਤ ਕੁੜੀਆਂ ਨੇ ਮੈਸੇਜ ਆਉਂਦੇ ਕਹਿੰਦੀਆਂ ਕਿਸੇ ਜੀ ਤੁਸੀਂ ਸਾਨੂੰ ਬਹੁਤ ਸੋਹਣੇ ਲੱਗਦੇ ਹੋ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਬ੍ਰਦਰ ਫਿਰ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਨਾ ਬ੍ਰੋ ਤੁਸੀਂ ਸੈਡ ਬੈਠੇ ਹੋ ਅੱਜ ਕੱਲ੍ਹ ਹਰ ਕੋਈ ਸਿੰਗਰ ਇਸੀ ਗੱਲਾਂ ਕਰਕੇ ਤਾਂ ਬੰਦ ਹੈ ਨਾ ਪਰ ਡਾਕਟਰ ਸਾਹਿਬ ਤੁਸੀਂ ਤਾਂ ਜਾਣਦੇ ਹੋ ਕਿ ਮੈਂ ਤੇ ਬਚਪਨ ਤੋਂ ਹੀ ਸਿੰਗਲ ਹਾਂ ਨਾ ਓਕੇ ਸੀ ਜੀ ਨੌਟੀ ਕਿਸੀ ਜੀ ਤੁਸੀਂ ਸਾਡੀ ਪੁਰਾਣੀ ਨਰਸ ਨੂੰ ਆਈ ਕਹਿ ਕੇ ਸੈੱਟ ਕੀਤਾ ਸੀ ਨਾ ਡਾਕਟਰ ਸਾਹਿਬ ਫਿਰ ਹਰ ਮਾਂ ਬਾਪ ਚਾਹੁੰਦਾ ਕਿ ਉਹਨਾਂ ਦਾ ਧੀ ਪੁੱਤ ਸੈੱਟ ਹੋਵੇ ਅੱਛਾ ਅੱਛਾ ਅੱਗੇ ਦੱਸੋ ਅੱਗੇ ਦੱਸੋ ਬਸ ਡਾਕਟਰ ਸਾਹਿਬ ਉਹਨਾਂ ਵਿੱਚੋਂ ਇੱਕ ਕੁੜੀ ਨੂੰ ਮੈਂ ਬ੍ਰੇਕਫਾਸਟ 'ਤੇ ਬੁਲਾ ਲਿਆ ਰਾਤ ਨੂੰ ਅਤੇ ਪਲੈਨ ਦੇ ਤਹਿਤ ਉਹ ਮੇਰੇ ਹੋਟਲ ਵਿੱਚ ਪਹੁੰਚ ਗਏ ਜਾ ਓਏ ਤੇਰੇ ਠਰਕੀਆ ਕਿਹੜਾ ਓਏ ਕੌਣ ਹੈ ਕਿੰਨੀ ਪਿਆਰੀ ਲੜਕੀ ਆ ਕਿੰਨੀ ਪਿਆਰੀ ਲੜਕੀ ਆ ਹਾਂ ਡਾਕਟਰ ਸਾਹਿਬ ਯੈਸ ਪਿਆਰੀ ਤਾਂ ਬਹੁਤ ਸੀ ਇਸੇ ਲਈ ਜਦੋਂ ਉਹਨਾਂ ਨੇ ਵਾਪਸ ਘਰ ਜਾਣ ਦੀ ਗੱਲ ਆਖੀ ਤਾਂ ਮੈਂ ਸੋਚਿਆ ਕਿ ਇਕੱਲੀ ਕੁੜੀ ਇੰਨੀ ਰਾਤ ਨੂੰ ਘਰੇ ਵਾਪਸ ਕਿਵੇਂ ਜਾਊ ਉਹ ਫਿਰ ਤੁਸੀਂ ਉਹਨਾਂ ਨੂੰ ਵਾਪਸ ਘਰੇ ਛੱਡਣ ਚਲੇ ਗਏ ਨਹੀਂ ਨਹੀਂ ਡਾਕਟਰ ਸਾਹਿਬ ਮੈਂ ਉਹਨਾਂ ਨੂੰ ਆਪਣੇ ਹੋਟਲ ਦੇ ਰੂਮ ਵਿੱਚ ਹੀ ਰੋਕ ਲਿਆ ਮੈਂ ਸੋਚਿਆ ਨਾਲੇ ਸਹਾਗਰਾ 3 ਗਾਣਾ ਸੁਣਾ ਦੂੰ ਅਤੇ ਨਾਲੇ ਗਾਣੇ ਦੀ ਵੀਡੀਓ ਰਿਹਰਸਲ ਹੋ ਜੂ ਮਤਲਬ ਕਿ ਪਲਾਨ ਸਕਸੈਸਫੁਲ ਨਹੀਂ ਡਾਕਟਰ ਸਾਹਿਬ ਜਦੋਂ ਮੈਂ ਸਹਾਗਰਾ 3 ਗਾਣਾ ਪਲੇ ਕੀਤਾ ਨਿਕਲੇ ਨਹੀਂ ਕਰੰਟ ਤੁਹਾਡੇ ਯਾਰ ਚੋਂ ਓ ਅੱਛਾ 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 ਵੈਰੀ ਬ੍ਰਦਰ ਸੀਰੀਅਸਲੀ ਡੋਨਟ ਮਾਈਂਡ ਜਿੱਦਾਂ ਸੁਹਾਗਰਾ ਦੀ ਤੁਸੀਂ ਰੀਲ ਬਣਾਈ ਹੋਈ ਸੀ ਨਾ ਇਹ ਤਾਂ ਇੱਕ ਦਿਨ ਹੋਣਾ ਹੀ ਸੀ ਦੇਖੋ ਡਾਕਟਰ ਸਾਹਿਬ ਮੈਂ ਹੁਣ ਸੋਚ ਲਿਆ ਕਿ ਹੁਣ ਮੈਂ ਸਾਫ਼ ਸੁਥਰੀ ਗਾਣੇ ਕਰਨੇ ਨੇ ਬਸ ਤੁਸੀਂ ਮੈਨੂੰ ਕਿਹੜਾ ਇਸ ਪ੍ਰੋਬਲਮ 'ਚੋਂ ਕੱਢ ਦਿਉ ਬ੍ਰਦਰ ਜਿਹੜਾ ਗਾਣਾ ਸੁਣ ਕੇ ਤੁਸੀਂ ਕਰੰਟ ਕੱਢ ਰਹੇ ਸੀ ਨਾ ਉਹ ਤਾਂ ਹਾਲੇ ਅਨਮਿਕਸਡ ਹੈ ਫਾਈਨਲ ਤਾਂ ਹਾਲੇ ਤਿਆਰ ਹੀ ਨਹੀਂ ਹੋਇਆ ਮਤਲਬ ਡਾਕਟਰ ਸਾਹਿਬ ਮੇਰੇ 'ਚ ਕੋਈ ਪ੍ਰੋਬਲਮ ਨਹੀਂ ਬਿਲਕੁਲ ਵੀ ਨਹੀਂ ਬ੍ਰਦਰ ਬਿਲਕੁਲ ਵੀ ਨਹੀਂ ਨਾਲੇ ਹਾਲੇ ਤਾਂ ਤੁਸੀਂ ਸੁਹਾਗਰਾ ਵਾਲੀਆਂ 10-15 ਟਿੱਪਾਂ ਹੋਰ ਕਰਨੀਆਂ ਨੇ ਟਚਿੰਗ ਸਟੋਰੀ ਸੀ ਯਾਰ ਬੰਦੇ ਦੀ ਹੈਲੋ ਪੜ ਓ ਬ੍ਰਦਰ ਸੌਰੀ ਯਾਰ ਕੋਈ ਨਹੀਂ ਡਾਕਟਰ ਸਾਹਿਬ ਆਹ ਮਿਊਜ਼ੀਕਲ ਕਲੀਨਿਕ ਇਹ ਕੀ ਹਿਸਾਬ ਕਿਤਾਬ ਹੈਗਾ ਜੀ ਇਹ ਬਰੂ ਭਲਿਆਂ ਵੇਲਿਆਂ ਦੀ ਗੱਲ ਹੈ ਕਿਹੜੇ ਭਲਿਆਂ ਵੇਲਿਆਂ ਦੀ ਸੰਨ 2018 ਦੀ ਓਕੇ ਜਦੋਂ ਮੈਂ ਨਵਾਂ ਨਵਾਂ ਮਿਊਜ਼ਿਕ ਡਾਇਰੈਕਟਰ ਬਣਿਆ ਸੀ ਮੇਰਾ ਨਾਂ ਤਾਂ ਤੁਸੀਂ ਜਾਣਦੇ ਹੋ ਡਾਕਟਰ ਸ਼ੇਖ ਸਟੂਡੀਓ ਮੈਂ ਲਿਆ ਸੀ ਬਾਹਰ ਮੈਂ ਬੋਰਡ ਲਿਆ ਸੀ ਡਾਕਟਰ ਸ਼ੇਖ ਸਪੈਸ਼ਲਿਸਟ ਐਨ ਪੀ ਜੀ ਐਚ ਐਮ ਬੀ ਲੋਕਾਂ ਲੱਗਿਆ ਮੈਂ ਬੰਦਿਆਂ ਦਾ ਡਾਕਟਰ ਹਾਂ ਬਸ ਵੀਰ ਕੀ ਸੀ ਸੁਰ ਨਾਲ ਨਾਲ ਆਪਾਂ ਟੀਕੇ ਲਾਉਣੇ ਸ਼ੁਰੂ ਕਰਤੇ ਪਰ ਫਿਰ ਹੁਣ ਉਧਰੋਂ ਟੀਕੇ ਗਲੂਕੋਜ ਇਧਰ ਢੋਲਕੀਆਂ ਬਾਜੇ ਇਹ ਦਿੱਕਤ ਨਹੀਂ ਆਉਂਦੀ ਵੀ ਐ ਮਿਕਸ ਹੋ ਜਾਣੀ ਗੱਲ ਯੂ ਮੀਨ ਟੂ ਸੇ ਨੋ ਕਨੈਕਸ਼ਨ ਕਨੈਕਸ਼ਨ ਹੈ ਬ੍ਰਦਰ ਕਨੈਕਸ਼ਨ ਹੈ ਸਪੋਜ਼ ਕਰੋ ਕੱਲ ਨੂੰ ਜੇ ਕੋਈ ਸਿੰਗਰ ਫਲੌਪ ਹੋ ਜਾਵੇ ਉਹ ਆਪ ਦਾਖਲ ਹੋ ਜਾਂਦਾ ਨਾ ਐ ਹਿੱਟ ਵੀ ਹੋ ਸਕਦਾ ਹੈ ਜੇ ਹਿੱਟ ਹੋ ਜਾਵੇ ਫੇਰ ਮਤਲਬ ਜੇ ਹਿੱਟ ਹੋ ਜਾਵੇ ਫਿਰ ਉਹਦੇ ਆਂਢੀ ਗੁਆਂਢੀ ਰਿਸ਼ਤੇਦਾਰ ਤਾਂ ਹੈ ਹੀ ਨਹੀਂ ਦਾਖਲ ਉਹਨੂੰ ਆਪਾਂ ਨਹੀਂ ਬਾਈ ਦਾਖਲ ਦੂਖਲ ਹੋਣਾ ਚਾਚੇ ਮਾਮੇ ਤਾਏ ਕੋਈ ਮਰਜ਼ੀ ਹੋਈ ਜਾਵੇ ਦਾਖਲ ਤੁਸੀਂ ਫਿਕਰ ਕਿਉਂ ਕਰਦੇ ਹੋ ਫਿਕਰ ਕਿਉਂ ਕਰਦੇ ਹੋ ਅਸੀਂ ਬੈਠੇ ਆ ਨਾ ਬੈਠੇ ਆ ਯਾਰ ਤੂੰ ਗਾਣਾ ਤਾਂ ਸੁਣਾ ਹਾਂਜੀ ਗਾਣਾ ਵੀ ਸੁਣਾਉਂਦਾ ਜੀ ਕਹਿੰਦਾ ਹੋਏ ਆਖੇ ਮੈਨੂੰ ਗੁੱਚੀ ਦਾ ਬ੍ਰਾਂਡ ਗੱਲ ਪਾ ਲੈ ਮਨ ਕਹਿੰਦਾ ਪਾਉਣ ਤੋਂ ਹੀ ਪਹਿਲਾਂ ਇਹਨੂੰ ਲਾ ਲੈ ਖੇਤੀਬਾੜੀ ਨਾਲ ਕਰੀਦਾ ਗੁਜ਼ਾਰਾ ਉਹ ਸਾਡਾ ਕਿਹੜਾ ਕਾਰੋਬਾਰ ਚੱਲਦਾ ਮਾਡਰਨ ਵੀ ਬਣਾ ਦਾਂਗੇ ਪਰ ਤੇਰੀ ਜਿਹੜੀ ਕੰਪੋ ਹੈ ਨਾ ਮਤਲਬ ਕੰਪੋਜੀਸ਼ਨ ਇਹ ਬਹੁਤ ਵੀਕ ਹੈ ਇਹ ਐਂ ਲੱਗਦਾ ਜਿਵੇਂ ਮਾਈਕਲ ਜੈਕਸਨ ਚਾਦਰਾ ਪਾ ਕੇ ਮੂਨ ਵਾਕ ਕਰ ਰਿਹਾ ਹੋਵੇ ਯਾਰ ਜਿਹੜਾ ਤੁਸੀਂ ਗਾ ਰਹੇ ਸੀ ਨਾ ਇਹ ਭੈਰਵੀ ਰਾਗ ਸੀ ਭੈਰਵੀ ਦਰਬਾਰੀ ਧਨੇਸਰੀ ਵਟ ਐਵਰ ਜੋ ਵੀ ਫਲਾਣਾ ਟਮਕਾਣਾ ਇਹ ਜਿਹੜੇ ਰਾਗ ਹੁੰਦੇ ਨੇ ਨਾ ਇਹ ਸੁਰੀਲੇ ਸਿੰਗਰਾਂ ਲਈ ਹੁੰਦੇ ਨੇ ਆ ਤੁਹਾਡੇ ਵਰਗੇ ਬੇਸੁਰੀਆਂ ਲਈ ਨਹੀਂ ਮੇਰਾ ਮਤਲਬ ਬੀ ਸ਼ੋਰ ਦੇ ਸਟੂਡੈਂਟਸ ਦੇ ਲਈ ਨਹੀਂ ਹੈਗੀਆਂ ਇਹ ਚੀਜ਼ਾਂ ਤੁਹਾਡੇ ਲਈ ਤਾਂ ਚੱਚਾ ਥਾਟ ਠੀਕ ਰਹੂਗਾ
ਚਾਚਾ ਥਾਟ ਕਿਹੜੀ ਰਿਸ਼ਤੇਦਾਰੀਆਂ ਕੱਢੀਆਂ ਨੇ ਚਾਚਾ ਥਾਟ ਚਾਚਾ ਥਾਟ ਹੁੰਦਾ ਬ੍ਰਦਰ ਚਾਚਾ ਥਾਟ ਦੇ ਵਿੱਚ ਬਹੁਤ ਹੀ ਫੇਮਸ ਰਾਗ ਹੁੰਦੇ ਨੇ ਲਾਈਕ ਚਾਵਲ ਚੂੰਡੀ ਚੇਪੀ ਇਹ ਤਿੰਨੇ ਰਾਗ ਨੇ ਚਾਵਲ ਵਾਲਾ ਕਿਵੇਂ ਚਾਵਲ ਚਾਵਲ ਰਾਗ ਦੇ ਵਿੱਚ ਗਾਣਾ ਕੱਟ ਕੇ ਚਾਵਲਾਂ ਜ਼ਿਆਦਾ ਮਾਰਨੀਆਂ ਨੇ ਲੈਟ ਮੀ ਗਿਵ ਯੂ ਅ ਲਾਈਵ ਐਗਜ਼ਾਮਪਲ ਦੱਸੋ ਕਿਵੇਂ ਗੱਲ ਅਸੀਂ ਜੀ ਸਪੋਜ਼ ਕਰੋ ਵਿਹਲੇ ਬੈਠੇ ਹਾਂ ਤੁਸੀਂ ਗਾਣਾ ਗਾਉਂਦੇ ਗਾਉਂਦੇ ਚਾਵਲਾਂ ਮਾਰਨੀਆਂ ਲਾਈਕ ਸਾਡੇ ਤੋਂ ਕੰਮ ਕਰਵਾਉਣਾ ਵਿਲ ਯੂ ਟਰਾਈ ਹਾਂ ਕਰ ਲੈਣ ਟਰਾਈ ਕਿਵੇਂ ਲੈਟਸ ਕਮ ਪਾਊਡਰ ਰਿਕਾਰਡ ਇਟ ਪਹੁੰਚੋ ਸਰ ਮਾਈਕ ਮਾਈਕ ਤੇ ਓਕੇ ਆ ਕਰੀ ਉੱਚਾ ਕਰੀ ਮਾੜਾ ਜਿਹਾ ਬਾਈ ਕੰਪਿਊਟਰ ਉੱਚਾ ਆਪੇ ਕਰ ਲੈ ਕੋਈ ਆ ਕੰਪਿਊਟਰ ਤੂੰ ਵੀ ਪਾਈ ਮਾੜਾ ਜੀ ਓ ਓ ਮੇਰੇ ਨਹੀਂ ਵੀਰੇ ਗਾਣੇ 'ਚ ਪਾ ਯਾਰ ਪਹਿਲਾਂ ਕਹਿ ਕੇ ਤਾਂ ਹਟਿਆ ਵੀ ਚੌਥੀ ਲਾਲ ਤੋਂ ਨਹੀਂ ਗਾਉਣਾ ਯਾਰ ਹੈ ਓਕੇ ਮੈਨੂੰ ਗੁੱਚੀ ਦਾ ਬ੍ਰਾਂਡ ਗੱਲ ਪਾ ਲੈ ਤੂੰ ਮਨ ਕਹਿੰਦਾ ਪਾਉਣ ਤੋਂ ਹੀ ਪਹਿਲਾਂ ਮੈਨੂੰ ਲਾ ਲੈ ਤੂੰ ਆਇਆ ਵੀ ਡਾਕਟਰ ਸ਼ੇਖ ਅੱਖੇ ਮੈਨੂੰ ਗੁੱਚੀ ਦਾ ਬ੍ਰਾਂਡ ਗੱਲ ਪਾ ਲੈ ਤੂੰ ਮਨ ਕਹਿੰਦਾ ਪਾਉਣ ਤੋਂ ਹੀ ਪਹਿਲਾਂ ਇਹਨੂੰ ਲਾ ਲੈ ਖੇਤੀਬਾੜੀ ਨਾਲ ਕਰੀਦਾ ਗੁਜ਼ਾਰਾ ਸਾਡਾ ਕਿਹੜਾ ਕਾਰੋਬਾਰ ਚੱਲਦਾ ਉਹ ਟੈਨਸ਼ਨ ਬਹੁਤ ਲੈਣੀ ਪੈਂਦੀ ਹੈ ਵੀਰੇ ਜਿੰਮੀ ਚੂਦੀ ਫੈਨ ਗੋਰੀ ਹੈ ਨੀ ਮੇਰਾ ਇੱਕ ਪੈਰ ਚੱਲ ਸੱਗ ਵਾਚਾ ਕੱਲਦਾ ਉਹ ਜਿੰਮੀ ਚੂਦੀ ਫੈਨ ਗੋਰੀ ਹੈ ਨੀ ਮੇਰਾ ਇੱਕ ਪੈਰ ਚੱਲ ਸੱਗ ਵਾਚਾ ਕੱਲਦਾ ਕਿਉਂ ਬਣਦੀ ਹੈ ਡਾਕਟਰ ਸਾਹਿਬ ਗੱਲ ਕੋਈ ਬਣੂਗੀ ਬਰੋ ਅਸੀਂ ਕਾਹਦੇ ਲਈ ਬੈਠੇ ਹਾਂ ਡਾਕਟਰ ਸਾਹਿਬ ਗੱਲ ਤਾਂ ਬਣ ਰਹੀ ਹੈ ਪਰ ਮੈਨੂੰ ਡਰ ਹੈ ਵੀ ਜੇ ਮੈਂ ਚਾਵਲ ਰਾਗ 'ਚ ਗਾਉਣ ਲੱਗ ਗਿਆ ਕਿਤੇ ਲੋਕ ਮੈਨੂੰ ਬਾਅਦ 'ਚ ਚਾਵਲ ਕਹਿਣ ਲੱਗ ਜਾਣ ਆਹ ਦੂਜਾ ਕਿਹੜਾ ਸੀ ਚੇਪੀ ਰਾਗ ਇਹਦੇ ਬਾਰੇ ਚਾਨਣਾ ਪਾਉਣਾ ਜਾ ਚੇਪੀ ਰਾਗ 'ਚ ਗਾਏ ਹੋਏ ਗਾਣਿਆਂ ਦੇ ਹਿੱਟ ਹੁੰਦੇ ਬਹੁਤ ਚਾਂਸ ਹੁੰਦੇ ਨੇ ਬ੍ਰਦਰ ਅੱਛਾ ਜੀ ਉਹ ਕਿਵੇਂ ਮਤਲਬ ਕਿਉਂਕਿ ਉਹ ਪਹਿਲਾਂ ਹੀ ਕਿਸੇ ਹਿੱਟ ਕੰਪੋਜੀਸ਼ਨ ਦੇ ਤਾਂ ਬਣਾਏ ਜਾਂਦੇ ਨੇ ਫਿਰ ਤਾਂ ਵਧੀਆ ਗੱਲ ਹੈ ਇਹ 'ਚ ਕਰਦੇ ਟਰਾਈ ਫਿਰ ਆਪਾਂ ਕਰ ਦਿੰਦੇ ਬਰੋ ਕੰਪਾਊਂਡਰ ਇੱਦਾਂ ਕਰ ਸਰਦੂਲ ਜੀ ਦੀ ਕਹਿਣਾ ਨੀ ਹੁਸਨਾ ਦੇ ਮਾਲਕੋ ਸਤਾਇਆ ਨਾ ਕਰ ਉਹਦੀ ਕੰਪੋਜੀਸ਼ਨ ਦੇ ਮੁੰਡੇ ਨੂੰ ਆਖੇ ਮੈਨੂੰ ਗੁੱਚੀ ਦਾ ਬ੍ਰਾਂਡ ਗੱਲ ਪਾ ਲੈ ਮਨ ਕਹਿੰਦਾ ਪਾਉਣ ਤੋਂ ਹੀ ਪਹਿਲਾਂ ਇਹਨੂੰ ਲਾ ਲੈ ਖੇਤੀਬਾੜੀ ਨਾਲ ਕਿਹੜਾ ਕਾਰੋਬਾਰ ਚੱਲਦਾ ਫੇਰ ਕੀ ਹੋ ਗਿਆ ਆਪਣੇ ਕੋਲ ਇੰਗਲਿਸ਼ ਡਿਪਾਰਟਮੈਂਟ ਹੈਗਾ ਕੰਪਿਊਟਰ ਇੱਦਾਂ ਕਰੋ ਬਾਜ਼ੀਗਰ ਵਾਲਾ ਗਾਣਾ ਕੱਢ ਅੰਗਰੇਜ਼ਾਂ 'ਚ ਵੀ ਬਾਜ਼ੀਗਰ ਹੁੰਦੇ ਨੇ ਜੀ ਸਰ ਬਾਜ਼ੀ ਜ਼ਿਆਦਾ ਡਰਾਮੇ ਬਾਜ਼ੀਆਂ ਨਾ ਕਰ ਜਿੰਨਾ ਕਿਹਾ ਉਨਾ ਕਰ ਗਾਣਾ ਕੱਢ ਬੀਟ ਦੇ ਸੁਣ ਯਾਰ ਜ਼ਰਾ ਨੀ ਤੂੰ ਜਿੰਮੀ ਚੂਦੀ ਫੈਨ ਗੋਰੀਏ ਮੇਰਾ ਇੱਕ ਪੈਰ ਜਲਸਾ ਗਵਾਚਾ ਕੱਲਦਾ ਇਹ ਤਾਂ ਜੀ ਬੱਤ ਜੇ ਆਈ ਜਾਂਦੇ ਨੇ ਨਾਲੇ ਚਾਰ ਦਿਨ ਪਹਿਲਾਂ ਚੇਪਤਾ ਤਾਂ ਕਿਸੇ ਨੇ ਜੀ ਉਹ ਬੀਸ਼ੋਰ ਵਾਲੀ ਆਪਣੀ ਉਹ ਨਹੀਂ ਹੈਗੀ ਅਦਾ ਕਰਪਾਲ ਉਹਨੇ ਮਾਡਲਿੰਗ ਕੀਤੀ ਅੱਜ ਉਹ ਅੱਛਾ ਇੰਨੇ ਤੇ ਇੰਨੇ ਅੱਜ ਕੱਲ੍ਹ ਦੇ ਮਿਊਜ਼ਿਕ ਡਾਇਰੈਕਟਰ ਉਹ ਕੰਪਾਊਂਡਰ ਆ ਜੇ ਆਈ ਚੱਲੀ ਗਿਆ ਨਾ ਮੁੜ ਜੂਸ ਦੀ ਰੇੜੀ ਲਾਉਣੀ ਪੈ ਜਾਣੀ ਹੈ ਯਾਰ ਸਰ ਤੁਸੀਂ ਘਬਰਾਓ ਨਾ ਚੁੰਡੀ ਰਾਗ ਤੇ ਨਾ ਮੈਂ ਇੱਕ ਬੀਟ ਬਣਾਈ ਹੈ ਮੈਂ ਬਣਾਈ ਹੈ ਹਾਂਜੀ ਤੁਸੀਂ ਬਣਾਈ ਹੈ ਤੇ ਕਿਉਂ ਨਾ ਆਪਾਂ ਉਹ ਤੇ ਗਵਾ ਲਈਏ ਅੱਛਾ ਡਾਕਟਰ ਸਾਹਿਬ ਚੁੰਡੀ ਰਾਗ ਕਿਹੜਾ ਹੋਇਆ ਜੀ ਬਸ ਬਰੋ ਤੁਸੀਂ ਇੱਦਾਂ ਗਾਣਾ ਜਿੱਦਾਂ ਆਪਾਂ ਪੇਪਰਾਂ ਤੋਂ ਪਹਿਲਾਂ ਰਿਵੀਜ਼ਨ ਨਹੀਂ ਕਰਦੇ ਯੂ ਗੋਮ ਪੁਆਇੰਟ ਹਾਂ ਦੇ ਵੀ ਬੀਟ ਦੇ ਮੁੰਡੇ ਨੂੰ ਬ੍ਰਾਂਡ ਗੱਲ ਪਾ ਲੈ ਮਨ ਕਹਿੰਦਾ ਪਾਉਣ ਤੋਂ ਹੀ ਪਹਿਲਾਂ ਇਹਨੂੰ ਲਾ ਲੈ ਆਖੇ ਮੈਨੂੰ ਗੁੱਚੀ ਦਾ ਬ੍ਰਾਂਡ ਗੱਲ ਪਾ ਲੈ ਮਨ ਕਹਿੰਦਾ ਪਾਉਣ ਤੋਂ ਹੀ ਪਹਿਲਾਂ ਇਹਨੂੰ ਲਾ ਲੈ ਖੇਤੀਬਾੜੀ ਨਾਲ ਕਰੀਦਾ ਗੁਜ਼ਾਰਾ ਸਾਡਾ ਕਿਹੜਾ ਕਾਰੋਬਾਰ ਚੱਲਦਾ ਬ੍ਰਦਰ ਇਹ ਹੁੰਦਾ ਚੁੰਦੀ ਰਾਗ ਦੇਖਿਆ ਚੁੰਡੀ ਚੁੰਡੀ 'ਚ ਤੇਰੀ ਰਿਕਾਰਡਿੰਗ ਵੀ ਹੋ ਗਈ
ਉਹ ਤਾਂ ਠੀਕ ਹੈ ਪਰ ਹੁਣ ਆ ਚੁੰਡੀਆਂ ਕਿੰਨੀ ਕੁ ਹੋਰ ਵਧਾਉਂਗੇ ਜਿੰਨੇ ਅੰਤਰੇ ਨੇ ਓਕੇ ਡਾਕਟਰ ਸ਼ੇਖ ਇੱਕ ਵਾਰੀ ਹੋਰ ਆਇਓ ਬਾਰਾ ਸਿੰਘਾ ਵੀਰ ਜੀ ਆਏ ਨੇ ਵੇਟ ਕਰੋ ਆਉਂਦੇ ਹੀ ਹੋਣੇ ਡਾਕਟਰ ਸਾਹਿਬ ਆ ਲਓ ਡਾਕਟਰ ਸਾਹਿਬ ਆ ਗਏ ਕੀ ਗੱਲ ਬਾਰਾ ਸਿੰਘਾ ਬੋਲਦਾ ਹੀ ਨਹੀਂ ਵੀਰੇ ਬੋਲੇ ਨਹੀਂ ਜਾਂਦਾ ਜੀ ਖਾਸੀਆਂ ਸੱਟਾਂ ਫੱਟਾਂ ਦੀਆਂ ਖਾਈ ਫਿਰਦੇ ਹੋ ਮੈਨੂੰ ਲੱਗਦਾ ਮੈਂ ਇਸੇ ਜੈਲੀ ਦੇ ਵਿਆਹ ਤੋਂ ਆਏ ਨੇ ਕਿਹਨੇ ਕਰਤੀ ਵਾਰਦਾਤ ਬਈ ਬਾਰਾ ਸਿੰਘਾ ਬੋਲਦਾ ਵੀਰੇ ਉਹ ਤਾਂ ਟੋਲ ਪਲਾਜ਼ਾ 'ਤੇ ਲੜਾਈ ਜੀ ਹੋ ਗਈ ਮੁੰਡੇ ਆ ਗਏ ਸੀਗੇ ਮੈਂ ਨਿਹੱਥਾ ਸੀਗਾ ਕਿਰਪਾਨਾ ਲੈ ਕੇ ਸਿਰ ਪਾੜ ਗਏ ਮੇਰਾ ਪਰ ਸਰ ਇਹਨਾਂ ਦੇ ਲੜਾਈ ਵਾਲੇ ਸੱਟ ਫੇਟ ਤਾਂ ਲੱਗੀ ਨਹੀਂ ਲੱਗਦੀ ਕੋਈ ਗੱਲ ਨਹੀਂ ਤੁਸੀਂ ਇੰਜੈਕਸ਼ਨ ਤਾਂ ਦਿਓ ਹਾਂਜੀ ਅੱਛਾ ਸਿਰ ਪਾੜ ਗਏ ਜੇ ਇਨਫੈਕਸ਼ਨ ਫੈਲ ਗਈ ਨਾ ਬ੍ਰਦਰ ਤੇਰਾ ਬਹੁਤ ਵੱਡਾ ਆਪਰੇਸ਼ਨ ਹੋਊ ਕਿਹਦਾ ਸਿਰ ਦਾ ਮੈਨੂੰ ਤਾਂ ਲੱਗਦਾ ਮੈਂ ਇਸ ਇਹਨਾਂ ਦੇ ਵਾਲ ਵੂਲ 'ਚ ਵੀ ਕੱਟਣੇ ਪੈ ਜਾਣੇ ਆ ਹਾਂਜੀ ਸਰ ਉਹ ਨਾ ਨਾ ਜੀ ਵਾਲ ਨਾ ਕੱਟਿਓ ਮੇਰੀਆਂ ਨਾ ਬੇਰਡੋ ਦੀਆਂ 10-12 ਵੈਕਸਾਂ ਲਈਆਂ ਪਈਆਂ ਨੇ ਜੀ ਉਹ ਖਰਾਬ ਜਾਣਗੀਆਂ ਜੀ ਫਿਰ ਸਰ ਜੇ ਇਨਫੈਕਸ਼ਨ ਪੂਰੀ ਬੋਡੀ 'ਚ ਫੈਲ ਗਿਆ ਤਾਂ ਇਹਨਾਂ ਦੇ ਲੀਵਰ ਦਾ ਵੀ ਆਪਰੇਸ਼ਨ ਕਰਨਾ ਪਊ ਲੀਵਰ ਦਾ ਉਹ ਮੈਂ ਇਹ ਤਾਂ ਸੋਚੋ ਜੇ ਲੀਵਰ ਦਾ ਆਪਰੇਸ਼ਨ ਕਰਦੇ ਕਰਦੇ ਇਹਨਾਂ ਨੂੰ ਹਾਰਟ ਅਟੈਕ ਹੋ ਗਿਆ ਫਿਰ ਸਰ ਆਪਾਂ ਆਪਣੀ ਸੇਫਟੀ ਲਈ ਨੋ ਡਿਊਜ਼ ਦਾ ਸਰਟੀਫਿਕੇਟ ਸਾਈਨ ਕਰਵਾ ਲੈਂਦੇ ਹਾਂ ਉਹ ਨਾ ਨਾ ਜੀ ਕੋਈ ਕਿਰਪਾਨ ਕਿਰਪੂਨ ਨਹੀਂ ਵੱਜੀ ਹੈਗੀ ਉਹ ਤਾਂ ਮੈਂ ਟੋਲ ਪਲਾਜ਼ਾ ਦੇ ਸਕੂਟੀ ਭਜਾ ਕੇ ਕੱਢ ਰਿਹਾ ਸੀਗਾ ਜੀ ਉਹਨਾਂ ਨੇ ਡੰਡਾ ਜਿਹਾ ਥੱਲੇ ਕਰਤਾ ਉਹ ਸਿਰ 'ਤੇ ਵੱਜਿਆ ਜੀ ਪਰ ਸਰ ਮੈਂ ਤਾਂ ਰੋਜ਼ ਸਕੂਟੀ 'ਤੇ ਟੋਲ ਪਲਾਜ਼ਾ ਤੋਂ ਹੀ ਆਉਂਦੀ ਹਾਂ ਉੱਥੇ ਤਾਂ ਟੂ ਵੀਲਰ ਲਈ ਅੱਡ ਤੋਂ ਰਸਤਾ ਬਣਿਆ ਹੁੰਦਾ ਉੱਥੇ ਤਾਂ ਕੋਈ ਕਿਸੇ ਨੂੰ ਨਹੀਂ ਰੋਕਦਾ ਅੱਛਾ ਜੀ ਫਿਰ ਮੈਂ ਇਸੇ ਚੱਕਰਾਂ 'ਚ ਐਵੇਂ ਟੋਲ ਪਲਾਜ਼ਾ ਦੇ ਲੋਕਾਂ ਦੇ ਸਿਰ ਪਾੜਦਾ ਰਿਹਾ ਉਹ ਤੂੰ ਜਾ ਯਾਰ ਇੱਕ ਪਾਦੀਆਂ ਮਾਰਨ ਦੀ ਵੀ ਲਿਮਿਟ ਹੁੰਦੀ ਆ ਬ੍ਰਦਰ ਹੈ ਹੁਣ ਤਾਂ ਕਹਿੰਦੇ ਨੇ ਡਿੱਗੀ 'ਚ ਪਾ ਕੇ ਲੈ ਜਾਂਦੇ ਆ ਐਂ ਕਰ ਦਿੰਦੇ ਆ ਉਹ ਰੱਖੀ ਫਿਰਦਾ ਤੂੰ ਸਕੂਟੀ ਉਹ ਵੀ ਟੁੱਟੀ ਜੀ ਸ਼ੋਅ ਆਫ ਤਾਂ ਕਰਨਾ ਹੀ ਪੈਂਦਾ ਬਸ ਕਰ ਰੋ ਨਾ ਹੁਣ ਪੱਟੀਆਂ ਤਾਂ ਤੇਰੇ ਕਰ ਦਿੱਤੀਆਂ ਇੱਦਾਂ ਕਰੋ ਮਿਸ ਇਹਨਾਂ ਨੂੰ ਬੱਬੂ ਮਾਂ ਦੀ ਪਿਆਸ ਐਲਬਮ ਲਾ ਕੇ ਦੇ ਦਿਓ ਥੋੜ੍ਹਾ ਜਿਹਾ ਰਿਲੈਕਸ ਫੀਲ ਕਰਨਗੇ ਹਾਂਜੀ ਸਰ ਡੋਜ਼ ਦੋ ਪੈਰੇ ਪੱਕੀ ਕਣਕ ਦੇ ਲਾ ਦਿਓ ਇੱਕ ਮਿੱਤਰ ਵਾਲੀ ਛਤਰੀ ਤੋਂ ਉੱਠ ਗਈ ਠੀਕ ਹੈ ਸਰ ਬੱਲੇ ਹੋਈ ਰਿਕਾਰਡਿੰਗ ਕਿੰਨੀਆਂ ਕੁ ਚੁੰਡੀਆਂ ਪਈਆਂ ਫਿਰ ਚਾਰ ਓਕੇ ਗੁੱਡ ਗੁੱਡ ਚਾਰ ਅੰਤਰੇ ਕੀ ਕੀਤਾ ਕੰਪਾਊਂਡਰ ਸ਼ੋ ਮੀ ਆਪਾਂ ਗਾਣਾ ਸਟਾਰਟ ਕਰਦੇ ਹਾਂ ਫਿਰ ਲਾਈਕ ਅੰਮ੍ਰਿਤ ਅੰਬੀ 2020 ਪਰ ਸਾਲ ਤਾਂ 2019 ਚੱਲ ਰਿਹਾ ਜੀ ਨਹੀਂ ਪਰ ਗਾਣਾ ਤਾਂ 2020 ਹੀ ਮਿਲੇਗਾ ਨਾ ਬ੍ਰਦਰ ਨਹੀਂ ਨਹੀਂ ਸਰ ਮੈਨੂੰ ਇਸੇ ਸਾਲ ਚਾਹੀਦਾ ਹੈ ਨਾ ਕਰੋ ਜੀ ਫਿਰ ਤਾਂ ਕਰੋ 31 December 2019 ਨੂੰ ਲੈ ਲਿਓ ਕੰਪਾਊਂਡਰ ਮੇਨ ਚੀਜ਼ ਤਿਆਰ ਕਰਨਾ ਯਾਰ ਡਾਕਟਰ ਸ਼ੇਕ ਅਪਰੇਟਿੰਗ ਯੂ ਆਹ ਡਾਕਟਰ ਸਾਹਿਬ ਜਿਹੜਾ ਤੁਸੀਂ ਆਪਣੇ ਨਾਂ ਦਾ ਮਲਗੋਬਾ ਜਿਹਾ ਬਣਾ ਰੱਖਿਆ ਇਹ ਮੇਰੇ ਨਾਂ ਦਾ ਹੀ ਬਣ ਜੂਗਾ ਸਟਾਰਟਿੰਗ 100% ਅੰਮ੍ਰਿਤ ਅੰਬੀ ਚੁੱਪ ਕੇ ਆ ਜਾ ਇਹ ਹਿਸਾਬ ਨਾਲ ਲੈਲਾ ਕੇਲਾ ਦਾ ਕੀ ਬਣੂ ਲੈਲਾ ਕੇਲਾ ਲੈ ਕੇ ਆ ਜਾ ਕਿਹਨਾਂ ਦਾ ਗੱਲਬਾਤ ਹੈ ਬ੍ਰਦਰ ਲੈਲਾ ਕੇਲਾ ਤੋਂ ਯਾਦ ਆਇਆ ਉਹ ਜਿਹੜੀਆਂ ਸੈਕਸੀ ਆਵਾਜ਼ਾਂ ਡੱਬ ਨਹੀਂ ਕਰਕੇ ਗਈ ਯੇ ਉਹ ਪਾ ਦੀ ਸੈਕਸੀ ਫੋਨ ਵੀ ਪਾ ਦਿੱਤੀ ਹਾਂ ਮੇਨ ਚੀਜ਼ 9 lakh ਟੋਲ ਕੀ ਜ਼ਰੂਰ ਪਾ ਦੇ ਯਾਰ ਡਾਕਟਰ ਸਾਹਿਬ ਐਡਾ ਬਜਟ ਨਹੀਂ ਹੈਗਾ ਜੀ ਮੇਰੇ ਕੋਲੇ ਮੇਰੇ ਕੋਲ ਜਿਹੜੇ ਚਾਰ ਛਿੱਲੜ ਤੇ ਮੈਂ ਤਾਂ ਗਰੋਅ ਐਪ ਦੇ ਥਰੂ ਮਿਊਚੁਅਲ ਫੰਡ 'ਚ ਪਾ ਤੇ 9 lakh ਦਾ ਇਹ ਮਤਲਬ ਨਹੀਂ ਕਿ ਉਹ ਢੋਲਕੀ 9 lakh ਦੀ ਹੈ ਉਹਦਾ ਇਹ ਮਤਲਬ ਹੈ ਕਿ ਉਹ 9 lakh ਗਾਣਿਆਂ 'ਚ ਯੂਜ਼ ਹੋ ਚੁੱਕੀ ਹੈ ਓਕੇ ਪਾ ਦਿਓ ਫਿਰ ਤਾਂ ਪਾ ਦਿਓ ਕੋਈ ਹੋਰ ਨਵਾਂ ਸੱਪ ਕੱਢੋ ਜੀ ਬੀਨ ਪਾ ਦੇ ਇੱਕ ਉਹ ਪਾ ਦਿਓ ਜਿਹੜਾ ਵਰਤ ਜਾਉਂਦੇ ਨੇ ਜੰਮੂ ਟੂ ਦੀ ਜੰਮੂ ਟੂ ਦੀ ਫੋਰ ਐਡ ਸਮਥਿੰਗ ਲਾਈਕ ਉਹ ਜਿਹੜਾ ਪਿੰਡ ਦੇ ਦਾ ਨਾਮ ਹੁੰਦਾ ਕੀ ਆਹ ਤਾਨਪੁਰਾ ਪਾ ਪਿੰਡ ਗਾੜਾ ਪਾ ਬੀਨ ਪਾ ਬਾਜਾ ਪਾ ਤੂੰ ਵੀ ਪਾ ਚਿੰਤਾ ਪਾ ਗਟਾਰ ਪਾ ਸਭ ਕੁਝ ਪਾ ਹੋ ਗਿਆ ਬ੍ਰਦਰ ਇਹ ਜੀ ਲਾਸਟ ਚ ਉਹ ਕਾਲਾ ਮਾਲਾ ਜ਼ਰੂਰ ਐਡ ਕਰ ਦਿੰਦੀ ਯਾਰ ਡਬਸਟਪ ਯੈਸ 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 ਲੋ ਅਮਰਿਤ ਜੀ ਸੌਂਗ ਤਿਆਰ ਹੈ ਜੀ ਤੁਹਾਡਾ ਡਾਕਟਰ ਸਾਹਿਬ ਕੁਝ ਮਿਸਿੰਗ ਲੱਗ ਰਿਹਾ ਜੀ ਵੀ ਮਿਸਿੰਗ ਲੱਗ ਰਿਹਾ ਰੈਪਰ ਮਿਸਿੰਗ ਹੈ ਪਰ ਰੈਪਰ ਕਿੱਥੋਂ ਲਿਆਵਾਂਗੇ ਮਿਲੇਗਾ ਸਭ ਕੁਝ ਮਿਲੇਗਾ ਕੰਪਾਊਂਡਰ ਤੇਰੇ ਕੋਲ 5 ਮਿੰਟ ਆ ਉਹਨੇ ਦੇਰ ਮੈਂ ਰੈਪਰ ਲੈ ਕੇ ਆਉਣਾ ਤੂੰ ਰੈਪ ਲਿਖ ਵੈਸੇ ਮੇਰਾ ਵੀ ਕੋਈ ਆਪਰੇਟਿੰਗ ਮਿਸਿੰਗ ਸੀ ਓਹੋ ਓ ਮਾਈ ਗੋਡ ਕੀ ਹੋ ਗਿਆ ਮਿਸ ਇਹਨਾਂ ਨੂੰ ਸਰ ਉਲਟੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ
ਪਰ ਆ ਨਹੀਂ ਰਹੀ। ਓਹ ਮੈਂ ਲੱਗਦਾ ਇਹਨਾਂ ਨੂੰ ਉਲਟੀਆਂ ਦੀ ਕਬਜ਼ ਹੋ ਗਈ ਹੈ। ਬ੍ਰਦਰ ਜ਼ਰੂਰ ਤੁਸੀਂ ਕੁਛ ਬੇਸੁਰਾ ਸੁਣ ਲਿਆ ਹੋਣਾ ਰਾਤ ਨੂੰ। ਓਏ ਰਾਤ ਨੂੰ ਸੁਰਨੰਦ ਵਰਮਾ ਦਾ ਗਾਣਾ ਸੁਣ ਕੇ ਪਿਆ। ਓਹੋ ਵੀਰ ਬਸ ਸਵੇਰ ਦੀਆਂ ਫੀਲ ਹੋ ਰਹੀਆਂ ਜੀ, ਆ ਨਹੀਂ ਰਹੀ। ਸਰ ਫਿਰ ਇਹਨਾਂ ਨੇ ਅੱਧਾ ਗਾਣਾ ਸੁਣਿਆ ਹੋਣਾ, ਤਾਂ ਹੀ ਇਹਨਾਂ ਦਾ ਆਹ ਹਾਲ ਹੋ ਗਿਆ। ਕਿਉਂਕਿ ਪੂਰਾ ਤਾਂ ਕੋਈ ਸੁਣ ਹੀ ਨਹੀਂ ਸਕਦਾ। ਓ ਵੀਰ ਜਾਂ ਤਾਂ ਕਾਰੀ ਦੇ ਡਰਾਈ ਕਿਉਂ ਜਾ ਰਹੇ ਆ, ਨਾਲੇ ਸੁਣਨਾ ਆਉਂਦਾ ਤੇ ਵਰਮਾ ਨੂੰ ਇਕੱਠੇ ਸੁਣੋਗੇ ਤਾਂ ਚਵੜ ਰਾਗ ਦੀ ਬਿਮਾਰੀਆਂ ਤਾਂ ਲੱਗਣੀਆਂ ਹੀ ਨੇ। ਸਾਹਿਬ ਜੀ ਇਲਾਜ ਦੱਸੋ ਜਲਦੀ। ਨਹੀਂ ਨਹੀਂ ਵੀਰ ਰਹਿੰਦੇ ਰਹਿੰਦੇ, ਜਿਵੇਂ ਲੋਹੇ ਨੂੰ ਲੋਹਾ ਕੱਟਦਾ ਉਵੇਂ ਇੱਕ ਬੇਸੁਰੇ ਨੂੰ ਬੇਸੁਰਾ ਠੀਕ ਕਰਦਾ ਬ੍ਰਦਰ। ਉਹ ਕਿਵੇਂ ਜੀ? ਆਪਾਂ ਨੂੰ ਵੀ ਇਹਨਾਂ ਵਰਗਾ ਬਣਨਾ ਪੈਣਾ, ਚੱਲੀਏ ਸਟੂਡੀਓ 'ਚ। ਕਿਆ ਬਾਤ ਹੈ, ਕਿਆ ਬਾਤ! ਡਾਕਟਰ ਸ਼ੇਸ਼ ਹਿੱਲੇ ਨਹੀਂ, ਤੂੰ ਦੁੱਧ ਨਾਲੋਂ ਚਿੱਟੀ, ਮਕੋੜੇ ਨਾਲੋਂ ਖਾਲਾ। ਆ ਬ੍ਰਦਰ ਆ ਰੀਡ ਕਰਦੇ ਯਾਰ, ਬਸ ਮਾਈਕ 'ਤੇ ਚੱਲ ਚੱਲ ਚੱਲ। ਤੂੰ ਦੁੱਧ ਨਾਲ ਚਿੱਟੀ ਤੇ ਮੈਂ ਕੋਲੇ ਨਾਲੋਂ ਕਾਲਾ, ਤੂੰ ਮੇਰੇ ਯਾਰ ਦੀ ਐ ਭਾਬੀ, ਤੇਰਾ ਭਾਈ ਮੇਰਾ ਸਾਲਾ। ਯਾ ਕੋਕਰੋਚ ਵੇਖ ਡਰ ਜਾਣ ਵਾਲੀ ਏ, ਤੇਰੀ ਜੱਟਾਂ ਦੇ ਮੁੰਡੇ ਦੇ ਨਾਲ ਨਹੀਂ ਉਹ ਨਿਪਣੀ, ਜੋ ਤੇਰੇ ਦਿਲ ਵਿੱਚ ਮੇਰੇ ਦਿਲ ਵਿੱਚ। ਯਾ ਅੱਜ ਦੋਵੇਂ ਮਿਲ ਕਰੀਏ, ਸਵੇਰ ਤੂੰ ਵੀ ਕਰੇ। ਚਲੋ ਵਧੀਆ ਗੱਲ ਹੈ, ਤੁਹਾਡਾ ਵੀ ਇਲਾਜ ਹੋ ਗਿਆ ਅਤੇ ਭਾਈ ਤੇਰੇ ਗਾਣੇ ਦਾ ਵੀ ਇਲਾਜ ਹੋ ਗਿਆ। ਰੈਪਰਵੀਰ ਤੁਸੀਂ ਹੁਣ ਰੈਸਟ ਕਰੋ, ਵੀਡੀਓ 'ਚ ਸਾਡੇ ਨਾਲ ਸਿੰਕ ਵੀ ਦੇਣੇ ਆ ਨਾ। ਜਾਓ 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 ਜਾਓ। ਲੈ ਵੀ ਅੰਮ੍ਰਿਤ ਬ੍ਰਦਰ, ਤੇਰੀਆਂ ਸਾਰੀਆਂ ਕਮੀਆਂ ਪੇਸ਼ੀਆਂ ਆਪਾਂ ਦੂਰ ਕਰਤੀਆਂ, ਐਂਡ ਫਾਈਨਲੀ ਤੇਰਾ ਟਰੈਕ ਰੈਡੀ ਗਿਆ ਹੋਊ। ਸੋ ਹੁਣ ਮੈਨੂੰ ਦੱਸ, ਮੈਂ ਕਦੋਂ ਤੇਰੀ ਵੀਡੀਓ 'ਚ ਕਹਿਣਾ ਵਾ ਡਾਕਟਰ ਸ਼ੇਖ ਆਪਰੇਟ ਗਿਆ? ਡਾਕਟਰ ਸਾਹਿਬ ਵੀਡੀਓ ਵਾਲਾ ਤਾਂ ਮੈਂ ਸੋਚੀ ਨਹੀਂ ਕੋਈ, ਕਿਤੋਂ ਕਰਾਵਾਂ ਵੀ? ਲੈ ਵੀਡੀਓ ਕਰਵਾ ਦਿੰਦੇ ਹਾਂ। ਦੱਸੋ ਕੋਈ ਸੁਜੈਸਟ ਕਰੋ। ਹਾਂ ਨੀਲੇ ਤੋਂ ਕਰਾ ਲਓ। ਨੀਲਾ? ਹਾਂ ਨੀਲਾ ਫਿਲਮ ਵਾਲਾ। ਨੀਲਾ ਫਿਲਮ ਵਾਲਾ? ਯੈਸ। ਇਹ ਕਿੱਥੋਂ ਮਿਲੂ ਜੀ ਬੰਦਾ? ਇਹ ਹੁਣ ਤੁਹਾਨੂੰ ਅਗਲੇ ਐਪੀਸੋਡ 'ਚ ਦੱਸਾਂਗੇ। ਗੱਲ ਦੋਸਤੋ, ਕਿਵੇਂ ਲੱਗਿਆ ਜੀ ਸਾਡਾ ਥਰਡ ਐਪੀਸੋਡ? ਜੇ ਵਧੀਆ ਲੱਗਿਆ ਹੋਇਆ ਜੀ ਲਾਈਕ ਕਮੈਂਟ ਅਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ। ਅਤੇ ਬਾਕੀ ਅਸੀਂ ਥੈਂਕਸ ਕਰਨਾ ਚਾਹੁੰਦੇ ਹਾਂ ਜੀ ਰਿਦਮ ਵੀਰ ਦਾ, ਇੱਕ ਮੋਰ ਸਟੂਡੀਓਜ਼ ਜਿੱਥੇ ਅਸੀਂ ਸ਼ੂਟ ਕਰ ਸਕੇ ਸਾਰਾ ਐਪੀਸੋਡ। ਸੋ ਸਾਡਾ ਨੈਕਸਟ ਐਪੀਸੋਡ ਆ ਰਿਹਾ ਜੀ 21 ਜੂਨ ਨੂੰ, ਅਤੇ ਟੋਲ ਪੰਜਾਬੀ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ, ਬੈਲ ਆਈਕਨ ਜ਼ਰੂਰ ਦੱਬ ਦਿਓ ਜੀ। ਥੈਂਕ ਯੂ ਸੋ ਮਚ।